ਚੰਡੀਗੜ੍ਹ ਦੇ ਵਿੱਚ ਬਣੇਗਾ NIA ਅਤੇ ED ਦਾ ਦਫ਼ਤਰ, ਤਾਂ ਇਹ ਵੱਡੀ ਖਬਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਦਫ਼ਤਰ ਦੇ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ। ਲਦਾਖ ਭਵਨ ਦੇ ਵਿੱਚ ਵੀ ਜ਼ਮੀਨ ਅਲਾਟ ਕੀਤੀ ਗਈ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਫ਼ਤਰ ਦੇ ਵਿੱਚ ਇੰਡਸਟਰੀਅਲ ਏਰੀਆ ਫੇਸ 2 ਦੇ ਵਿੱਚ ਇਸ ਜ਼ਮੀਨ ਨੂੰ ਅਲਾਟ ਕੀਤਾ ਗਿਆ ਹੈ, ਜਿੱਥੇ ਦਫ਼ਤਰ ਬਣੇ ਨੇ। ED ਦਫ਼ਤਰ ਦੇ ਲਈ ਸੈਕਟਰ 38 ਦੇ ਵਿੱਚ 1.73 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਲਦਾਖ ਭਵਨ ਦੇ ਨਿਰਮਾਣ ਦੇ ਲਈ ਸੈਕਟਰ 33 ਦੇ ਵਿੱਚ ਜ਼ਮੀਨ ਅਲਾਟ ਕੀਤੀ ਗਈ ਹੈ। ਤਾਂ ਵਧੇਰੇ ਜਾਣਕਾਰੀ ਦੇ ਲਈ ਇੱਕ ਵਾਰ ਫਿਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਫੋਨ ਲਾਈਨ 'ਤੇ ਜੁੜੇ ਹੋਏ ਨੇ। ਤਾਂ ਮਨੋਜ, ਇਹ ਵੱਡੀ ਖਬਰ ਹੈ, ਚੰਡੀਗੜ੍ਹ ਦੇ ਵਿੱਚ ਹੁਣ NIA ਅਤੇ ED ਦਾ ਦਫ਼ਤਰ ਬਣਨਾ ਹੈ। ਦੇਖੋ, ਚੰਡੀਗੜ੍ਹ ਜਿਹੜਾ ਸੀਗਾ ਉੱਥੇ ਜਿਹੜੇ NIA ਅਤੇ ED ਜਿਹੜੇ ਹੈਗੇ ਆ, ਇਹਨਾਂ ਦੇ ਦਫ਼ਤਰ ਵੀ ਕਾਫੀ ਸਮੇਂ ਤੋਂ ਬੰਦ ਚੱਲ ਰਹੇ ਸੀਗੇ ਅਤੇ ਹੁਣ ਇਸ ਟਾਈਮ ਦਫ਼ਤਰ ਚੱਲ ਰਹੇ ਨੇ। ਕਿਸੇ ਕਿਸੇ ਹੋਰ ਸਰਕਾਰੀ ਬਿਲਡਿੰਗ ਚੱਲ ਰਹੇ ਨੇ ਅਤੇ ਬਹੁਤ ਜ਼ਿਆਦਾ ਘੱਟ ਜ਼ਮੀਨ ਸੀਗੀ। ਇਸ ਨੂੰ ਲੈ ਕੇ ਕਾਫੀ ਜਿਹੜੀ ਸੀਗੀ ਪ੍ਰਸ਼ਾਸਨ ਨੂੰ ਕੋਲ ਪਹਿਲਾਂ ਵੀ ਜਿਹੜਾ ਸੀਗਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗ ਕੀਤੀ ਸੀਗੀ ਅਤੇ ਉਸ ਨੂੰ ਦੇਖਦੇ ਹੋਏ ਜਿਹੜਾ ਪ੍ਰਸ਼ਾਸਨ ਉਹਨੇ ਫੈਸਲਾ ਦਿੱਤਾ। ਪਰ ਤਿੰਨ ਚੀਜ਼ਾਂ ਪਰ ਫੈਸਲਾ ਲੈ ਗਿਆ, ਇੱਕ NIA ਦਾ ਆਫਿਸ ਬਣਨਾ, ਇੱਕ ED ਦਾ ਆਫਿਸ ਬਣਨਾ ਅਤੇ ਨਾਲ ਹੀ ਨਾਲ ਇੱਕ ਲੱਦਾਖ ਭਵਨ ਜਿਹੜਾ ਬਣਾਇਆ ਜਾਣਾ, ਕਿਉਂਕਿ ਲੱਦਾਖ ਦੇ ਸਟੂਡੈਂਟ ਜਿਹੜੇ ਇੱਥੇ ਚੰਡੀਗੜ੍ਹ ਪੰਜਾਬ ਦੇ ਵਿੱਚ ਜਾਂ ਆਸ ਪਾਸ ਮੋਹਾਲੀ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀ ਵਿੱਚ ਪੜ੍ਹਨ ਵਾਸਤੇ ਆਉਂਦੇ ਆ, ਉਹਨਾਂ ਵਾਸਤੇ ਕਾਫੀ ਪ੍ਰੋਬਲਮ ਆਉਂਦੀਆਂ ਨੇ ਅਤੇ ਕੋਈ ਬਹੁਤ ਲੋਕ PGI ਜਾਂਦੇ ਆ ਜਾਂ ਚੰਡੀਗੜ੍ਹ ਕੰਮ ਕਰਾਉਣ ਆਉਂਦੇ ਆ, ਉਹਨਾਂ ਵਾਸਤੇ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਸੀਗੀਆਂ। ਇਸ ਵਾਸਤੇ ਲੱਦਾਖ ਭਵਨ ਬਣਾਉਣ ਵਾਸਤੇ ਵੀ ਜ਼ਮੀਨ ਮੰਗੀ ਗਈ ਹੈਗੀ ਆ। ਜੋ ਪ੍ਰਸ਼ਾਸਨ ਹੈਗਾ ਆ ਚੰਡੀਗੜ੍ਹ ਦਾ, ਉਹਨਾਂ ਨੇ ਜਿਹੜੀ ED ਹੈਗੀ ਆ, ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਉਹਦੇ ਵਾਸਤੇ ਇੱਕ ਜਿਹੜੀ ਜ਼ਮੀਨ 2 ਏਕੜ ਜ਼ਮੀਨ ਹੈ ਇੰਡਸਟਰੀ ਏਰੀਆ ਫੇਸ 2 ਵਿੱਚ ਜਿਹੜੀ ਹੈਗੀ ਆ ਉਹ ਅਲੋਟ ਕੀਤੀ ਹੈਗੀ ਆ। ਜਿਹਦੀ ਜਿਹੜੀ ਤਕਰੀਬਨ ਮੁੱਲ ਹੈਗਾ 68.17 ਕਰੋੜ ਰੁਪਏ ਉਹ ਲਿੱਤੇ ਗਏ ਨੇ ਅਤੇ ਜ਼ਮੀਨ ਦੇ ਦਿੱਤੀ ਹੈ। ਅਤੇ ਇਸ ਦੇ ਨਾਲ ਹੀ ਜਿਹੜਾ ED ਹੈਗੀ ਹੈ ਉਹਦਾ ਵੀ ਕਿਹੜਾ ਆਫਿਸ ਬਣਾਇਆ ਜਾਣਾ, ਉਹ 38 ਬੈਸਟ ਹੈਗਾ ਉੱਥੇ ਬਣਾਇਆ ਜਾਣਾ ਹੈਗਾ ਅਤੇ ਉੱਥੇ 1.73 ਏਕੜ ਤਕਰੀਬਨ 2.25 ਏਕੜ ਜਿਹੜੀ ਜ਼ਮੀਨ ਹੈਗੀ ਹੈ ਉਹ 59.13 ਕਰੋੜ ਰੁਪਏ ਦੇ ਵਿੱਚ ਦਿੱਤੀ ਗਈ ਹੈ। ਅਤੇ ਜਿਹੜਾ ਲੱਦਾਖ ਭਵਨ ਹੈਗਾ ਉਹ ਬਣਾਉਣ ਵਾਸਤੇ ਸੈਕਟਰ 33 ਹੈ ਉੱਥੇ ਜ਼ਮੀਨ ਅਲੋਟ ਕੀਤੀ ਗਈ ਹੈ। ਅਤੇ ਜਿਹੜੀ ਜ਼ਮੀਨ ਹੈਗੀ ਹੈ ਇਹ ਵੀ 1.725 ਹੈਗੀ ਹੈ, ਜਿਹੜੀ ਕਿ 2.25 ਏਕੜ ਬਣ ਜਾਂਦੀ ਹੈ। ਇਹਦੇ ਵਾਸਤੇ ਵੀ ਉਹ ਤੋਂ 61.88 ਨੇ ਕਰੋੜ ਰੁਪਏ ਜਿਹੜੇ ਦਿੱਤੇ ਗਏ ਨੇ। ਅਤੇ ਇਹ ਜਿਹੜਾ ਇਹ ਗੱਲ ਕਹਿਣ ਦੀ ਜ਼ਰੂਰੀ ਹੈ ਕਿ ਜਿਹੜੇ ਪੈਸੇ ਨੇ ਸਾਰੇ ਇਹ ਜ਼ਮੀਨਾਂ ਲੱਗੀਆਂ ਨੇ, ਪਰ ਸਾਡੀਆਂ ਪ੍ਰਾਈਮ ਲੋਕੇਸ਼ਨ ਦੀਆਂ ਜ਼ਮੀਨਾਂ ਨੇ ਔਰ 1-2 ਏਕੜ ਦਾ ਜਿਹੜਾ ਪਲਾਟ ਦਿੱਤੇ ਗਏ ਨੇ, ਕਾਫੀ ਜ਼ਿਆਦਾ ਜ਼ਮੀਨ ਹੋ ਜਾਂਦੀ ਹੈਗੀ ਹੈ। ਅਤੇ ਦਫ਼ਤਰ ਬਣਨਗੇ ਅਤੇ ਇਹਨਾਂ ਦਫ਼ਤਰ ਬਣਨ ਨਾਲ ਜਿਹੜੇ ਮਸਲੇ ਹੈਗੇ ਆ, ਜਿਹੜੇ ED ਹੈਗੀ ਆ ਉਹਦੇ ਪੂਰਾ ਸਟਾਫ ਆਏਗਾ, ਪੂਰਾ ਇਨਫਰਾਸਟ੍ਰਕਚਰ ਹੋ ਜਾਏਗਾ, ਕਿਉਂਕਿ ਹੁਣ ਕਿਤੇ ਜਿੱਥੇ ਜਿੱਥੇ ਦਫ਼ਤਰ ਜਾਂਦੇ ਨੇ ਉੱਥੇ ਕੁਛ ਆਫਿਸਰ ਬਹਿੰਦੇ ਨੇ, ਕੁਛ ਕਰਮਚਾਰੀ ਰਹਿੰਦੇ ਨੇ। ਅਤੇ ਇਹਦੇ ਬਾਅਦ ਜਿਹੜੀਆਂ ਜੇਲਸ ਬਣ ਗਈਆਂ, ਉਹਨਾਂ ਦੇ ਹਵਾਲਾਤ ਬਣ ਗਈਆਂ ਨੇ, ਹੋਰ ਸਾਰਾ ਜਿਹੜਾ ਹੈਗਾ ਉਹ ਟੈਕਨੀਕਲ ਤਰੀਕੇ ਨਾਲ ਬਣਾਇਆ ਜਾਏਗਾ ਤਾਂ ਕਿ ਜਿਹੜੀ ਕਾਰਵਾਈ ਹੈ ਉਹ ਅੰਜਾਮ ਦਿੱਤੀ ਜਾਵੇ, ਕਿਉਂਕਿ ਇਸ ਏਰੀਏ ਦੇ ਵਿੱਚ ਬਹੁਤ ਸਾਰੇ ED ਔਰ NIA ਦੇ ਮਾਮਲੇ ਸਾਹਮਣੇ ਆ ਰਹੇ ਨੇ ਔਰ ਬਾਰਡਰ ਸਟੇਟ ਹੋਣ ਦੇ ਕਾਰਨ NIA ਦਾ ਦਫ਼ਤਰ ਜਿਹੜਾ ਹੈ ਬਹੁਤ ਜ਼ਰੂਰੀ ਸਮਝਿਆ ਜਾ ਰਿਹਾ ਸੀਗਾ। ਜੀ ਠੀਕ ਹੈ ਜੀ ਮਨੋਜ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਮੇਰੇ ਸਹਿਯੋਗੀ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। NIA ਦਫ਼ਤਰ ਦੇ ਲਈ ਇੰਡਸਟਰੀਅਲ ਏਰੀਆ ਫੇਸ 2 ਦੇ ਵਿੱਚ ਜ਼ਮੀਨ ਅਲਾਟ ਕੀਤੀ ਗਈ, ਜਦਕਿ ED ਦਫ਼ਤਰ ਦੇ ਲਈ ਸੈਕਟਰ 38 ਦੇ ਵਿੱਚ 1.73 ਏਕੜ ਜ਼ਮੀਨ ਅਲਾਟ ਕੀਤੀ ਗਈ ਹੈ। ਲੱਦਾਖ ਭਵਨ ਦੀ ਜੇ ਗੱਲ ਕੀਤੀ ਜਾਵੇ ਤਾਂ ਸੈਕਟਰ 33 ਦੇ ਵਿੱਚ ਇਹ ਜ਼ਮੀਨ ਅਲਾਟ ਕੀਤੀ ਗਈ ਹੈ।